ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਤੇ ਇੱਕ ਤੋਂ ਬਾਅਦ ਇੱਕ ਨਵੀਂ ਅਪਡੇਟ ਸਾਹਮਣੇ ਆ ਰਹੀ ਹੈ ਤੇ ਜੋ ਹੁਣ ਜਾਣਕਾਰੀ ਸਾਹਮਣੇ ਆਈ ਹੈ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ 15 ਅਕਤੂਬਰ ਨੂੰ ਹੋ ਸਕਦੀਆਂ ਨੇ ਤੇ ਅੱਜ ਤੋਂ ਠੀਕ 2 ਦਿਨਾਂ ਬਾਅਦ ਚੋਣ ਜ਼ਾਬਤਾ ਲੱਗ ਸਕਦਾ ਹੈ 25 ਸਤੰਬਰ ਨੂੰ ਇਲੈਕਸ਼ਨ ਕਮਿਸ਼ਨ ਚੋਣਾਂ ਦਾ ਐਲਾਨ ਕਰਨ ਵਾਲਾ ਹੈ ਇਹ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਪਹਿਲਾਂ ਇਸ ਤੋਂ ਜਾਣਕਾਰੀ ਸਾਨੂੰ ਮਿਲੀ ਸੀ ਕਿ 13 ਅਕਤੂਬਰ ਤੋਂ 18 ਅਕਤੂਬਰ ਵਿਚਾਲੇ ਤਰੀਕ ਕੋਈ ਆ ਸਕਦੀ ਹੈ ਤੇ ਨਾਲ ਦੀ ਨਾਲ 23 ਸਤੰਬਰ ਨੂੰ ਚੋਣਾਂ ਦਾ ਲੱਗ ਸਕਦਾ ਹੈ ਪਰ ਅੱਜ ਕਿਉਂਕਿ ਤਿਆਰੀਆਂ ਚੋਣ ਕਮਿਸ਼ਨ ਨੇ ਜੋ ਕਰਨੀਆਂ ਹੁੰਦੀਆਂ ਜਾਂ ਫਿਰ ਪੰਚਾਇਤੀ ਵਿਭਾਗ ਨੇ ਆਪਣੀਆਂ ਤਿਆਰੀਆਂ ਦਾ ਵੇਰਵਾ ਦੇਣਾ ਹੁੰਦਾ ਉਸ ਦੇ ਵਿੱਚ ਥੋੜੀ ਜੀ ਦੇਰੀ ਦੇਖਣ ਨੂੰ ਮਿਲੀ ਹੈ ਜਿਸ ਕਰਕੇ ਅੱਜ ਯਾਨੀ ਕਿ 23 ਸਤੰਬਰ ਨੂੰ ਪੰਚਾਇਤੀ ਚੋਣਾਂ ਦਾ ਐਲਾਨ ਨਹੀਂ ਹੋ ਸਕਿਆ ਇਸ ਤੋਂ ਬਾਅਦ ਹੁਣ ਕੀ ਹੈ ਕੀ ਜਾਣਕਾਰੀ ਮਿਲੀ ਹੈ ਕਿ 25 ਸਤੰਬਰ ਨੂੰ ਪੰਚਾਇਤੀ ਚੋਣਾਂ ਦਾ ਐਲਾਨ ਹੋ ਸਕਦਾ ਹੈ ਤੇ ਨਾਲ ਦੀ ਨਾਲ 15 ਅਕਤੂਬਰ ਨੂੰ ਸੂਬੇ ਦੇ ਵਿੱਚ ਪੰਚਾਇਤੀ ਚੋਣਾਂ ਹੋ ਸਕਦੀਆਂ ਨੇ ਇਸ ਤੋਂ ਇਲਾਵਾ ਚੋਣ ਕਮਿਸ਼ਨ ਨੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਤੇ ਨਾਲ ਦੀ ਨਾਲ ਰਿਪੋਰਟ ਮੰਗੀ ਹੈ ਕਿ ਉਹਨਾਂ ਨੇ ਆਪਣੇ ਆਪਣੇ ਜ਼ਿਲ੍ਹਿਆਂ ਦੇ ਵਿੱਚ ਰਾਖਵੇਂ ਕਰਨ ਜਿਹੜੇ ਸੀਟਾਂ ਹੈਗੀਆਂ ਉਹਨਾਂ ਦੇ ਜੋ ਨੋਟੀਫਿਕੇਸ਼ਨ ਜਾਰੀ ਕੀਤੇ ਉਸ ਦਾ ਵੇਰਵਾ ਦਿਓ ਯਾਨੀ ਕਿ ਉਹਨਾਂ ਹਰੇਕ ਜ਼ਿਲ੍ਹੇ ਦੇ ਵਿੱਚ ਕਿਹੜੇ ਪਿੰਡ ਦੇ ਵਿੱਚ ਰਾਖਵੀਂ ਸੀਟਾਂ ਹੈਗੀਆਂ ਨੇ, ਰਿਜ਼ਰਵ ਸੀਟਾਂ ਹੈਗੀਆਂ ਉਹਨਾਂ ਦੀ ਜਾਣਕਾਰੀ ਚੋਣ ਕਮਿਸ਼ਨ ਨੇ ਮੰਗ ਲਈ ਹੈ। ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਸਰਪੰਚਾਂ ਨੂੰ 38 ਚੋਣ ਨਿਸ਼ਾਨ ਜਾਰੀ ਕੀਤੇ ਸੀ ਤੇ ਪੰਚਾਂ ਨੂੰ 70 ਦੇ ਕਰੀਬ ਨਿਸ਼ਾਨ ਜਿਹੜੇ ਸੀ ਉਹ ਜਾਰੀ ਕੀਤੇ ਸੀ। ਤਾਂ ਇਹਨਾਂ ਦੇ ਵਿੱਚੋਂ ਆਪਣੀ ਮਨਪਸੰਦ ਦਾ ਕੋਈ ਵੀ ਲੈ ਸਕਦਾ ਹੈ ਸਰਪੰਚ, ਪੰਚ ਜਿਹੜਾ ਉਮੀਦਵਾਰ ਚੋਣ ਲੜਨ ਵਾਲਾ ਹੈ। ਤਾਂ ਹੁਣ ਬਿਲਕੁਲ ਤਿਆਰੀਆਂ ਕੰਪਲੀਟ ਹੈ। ਕੱਲ ਦਾ ਦਿਨ ਇੰਤਜ਼ਾਰ ਕਰੋ ਪਰਸੋਂ ਨੂੰ ਜਿਹੜਾ ਹੈ ਉਹ ਚੋਣ ਜ਼ਾਬਤਾ ਲੱਗ ਜਾਵੇਗਾ ਤੇ ਉਸ ਤੋਂ ਪਹਿਲਾਂ-ਪਹਿਲਾਂ ਮਾਨ ਸਰਕਾਰ ਲਗਾਤਾਰ ਸੂਬੇ ਦੇ ਵਿੱਚ ਗ੍ਰਾਂਟਾਂ ਵੰਡਦੀ ਜਾ ਰਹੀ ਹੈ ਅੰਮ੍ਰਿਤਸਰ ਦੇ ਵਿੱਚ ਵੀ ਕਈ ਤਰ੍ਹਾਂ ਦੇ ਜਿਹੜੀ ਗ੍ਰਾਂਟਾਂ ਵਡੀਆਂ ਗਈਆਂ ਉਸ ਤੋਂ ਬਾਅਦ ਬਠਿੰਡਾ ਅੱਜ ਮੁੱਖ ਮੰਤਰੀ ਭਗਵੰਤ ਮਾਨ ਉੱਥੇ 30 ਮੁਹੱਲਾ ਕਲੀਨਿਕਾਂ ਦਾ ਉਦਘਾਟਨ ਕਰਨ ਜਾ ਰਹੇ ਹੈ ਜਿਸ ਤੋਂ ਇਲਾਵਾ ਹੁਣ ਚੋਣ ਕਮਿਸ਼ਨ ਨੇ ਜੋ ਜਾਣਕਾਰੀ ਮਿਲੀ ਹੈ ਕਿ 25 ਸਤੰਬਰ ਨੂੰ ਚੋਣਾਂ ਦਾ ਐਲਾਨ ਕੀਤਾ ਜਾ ਸਕਦਾ ਹੈ ਤੇ 15 ਅਕਤੂਬਰ ਨੂੰ ਸੂਬੇ ਦੇ ਵਿੱਚ ਪੰਚਾਇਤ ਦੀਆਂ ਚੋਣਾਂ ਕਰਵਾਈਆਂ ਜਾ ਸਕਦੀਆਂ ਨੇ ਹਾਲਾਂਕਿ ਇਸ ਤੋਂ ਪਹਿਲਾਂ ਪੰਚਾਇਤ ਵਿਭਾਗ ਪੰਜਾਬ ਵੱਲੋਂ ਇੱਕ ਲੈਟਰ ਲਿਖਿਆ ਗਿਆ ਸੀ ਚੋਣ ਕਮਿਸ਼ਨ ਨੂੰ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ 23 ਸਤੰਬਰ ਤੋਂ ਲੈ ਕੇ 20 ਅਕਤੂਬਰ ਤੱਕ ਜਦੋਂ ਮਰਜ਼ੀ ਤੁਸੀਂ ਚੋਣਾ ਕਰਵਾਓ ਅਸੀਂ ਤਿਆਰ ਆ ਤਾਂ ਇਸ ਤੋਂ ਬਾਅਦ ਫਿਰ ਚੋਣ ਕਮਿਸ਼ਨ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਬੀਤੇ ਦਿਨ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਸੀ ਕਿ ਰਾਖਵੇਂਕਰਨ ਸੰਬੰਧੀ ਜੋ ਤੁਸੀਂ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਰਿਜ਼ਰਵ ਸੀਟਾਂ ਰੱਖੀਆਂ ਗਈਆਂ ਨੇ ਇਸ ਦੀ ਜਾਣਕਾਰੀ ਦਿੱਤੀ ਜਾਵੇ ਅੱਜ ਜਿਹੜੀ ਜਾਣਕਾਰੀ ਮੁਹੱਈਆ ਹੋਏਗੀ ਤੇ ਕੱਲ ਤੱਕ ਯਾਨੀ ਕਿ 24 ਸਤੰਬਰ ਨੂੰ ਜਿਹੜਾ ਸੀਟਾਂ ਕਿਹੜੀਆਂ ਰਾਖਵੀਆਂ ਹਨ ਇਸ ਦੀ ਡਿਟੇਲ ਤਿਆਰ ਹੋ ਜਾਏਗੀ ਤਾਂ ਫਿਰ ਉਸ ਤੋਂ ਬਾਅਦ 25 ਸਤੰਬਰ ਨੂੰ ਚੋਣਾਂ ਦਾ ਐਲਾਨ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ ਕਿ ਚੋਣਾਂ ਦਾ ਐਲਾਨ 25 ਸਤੰਬਰ ਨੂੰ ਹੋ ਸਕਦਾ ਹੈ